ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਪਾਰੀ ਮੀ ਪੈਂਕਾਰਨ ਟੈਟਰੀ ਹੋ ਗਿਆ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਥਾਂ ਤੇ ਤਿੰਨ ਵਾਰੀ ਆਏ ਸੀ ਪ੍ਰਸ਼ਾਸਨ ਦੇ ਵੱਲੋਂ ਸਾਮ ਸੰਭਾਲਾ ਕੀਤੇ ਜਾਣ ਕਾਰਨ ਇਹ ਗੁਰਦੁਆਰਾ ਟੈਹ ਚੁੱਕਿਆ ਹੈ ਪਿੰਡ ਜਾਮਨ ਦੇ ਗੁਰਦੁਆਰਾ ਸਾਹਿਬ ਦਿਆਲੇ ਦਿਵਾਲੇ ਦੀ 500 ਏਕੜ ਜ਼ਮੀਨ ਕਿਸੇ ਸਿੱਖ ਪਾਈਚਾਰੇ ਦੀ ਮਲਕੀਅਤ ਦੀ ਸੀ ਹੌਲੀ ਹੌਲੀ ਇਸ ਤੇ ਕਬਜ਼ਾ ਹੋਣ ਲੱਗ ਪਿਆ ਸਥਾਨਕ ਲੋਕਾਂ ਮੁਤਾਬਕ ਪੂ ਮਾਫੀਆ ਨੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕ ਲਈ 4 ਫੁੱਟ ਡੂੰਗੀ ਖਾਈ ਪੁੱਟੀ ਹੋਈ ਹੈ ਗੁਰਦੁਆਰਾ ਰੋੜੀ ਸਾਹਿਬ ਲਾਹੌਰ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਅਤੇ ਪਾਕਿਸਤਾਨ ਭਾਰਤ ਸਰਹੱਦ ਤੋਂ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਗੁਰਦੁਆਰਾ ਰੋੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਹਮਨ ਦੇ ਬਾਹਰ ਇੱਕ ਢਿੱਲੇ ਤੇ ਆਰਾਮ ਕੀਤਾ ਸੀ ਇੱਕ ਪ੍ਰਾਚੀਨ ਖੰਡਰ ਚੋਂ ਉਹਨਾਂ ਨੂੰ ਮਿੱਟੀ ਦੇ ਭਾਂਡੇ ਮਿਲੇ ਜਿਸ ਤੋਂ ਬਾਅਦ ਇਸ ਥਾਂ ਤੇ ਬਣੇ ਮੰਦਰ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਰੱਖਿਆ ਗਿਆ ਪੰਜਾਬੀ ਭਾਸ਼ਾ ਚ ਰੋੜੀ ਦਾ ਅਰਥ ਟੁਕੜੇ ਹੈ ਪਾਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਵਿੱਚ ਹੀ ਰਹਿ ਗਿਆ ਸੀ ਹਾਲਾਂਕਿ ਪਾਕਿਸਤਾਨ ਸਰਕਾਰ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਨਹੀਂ ਕੀਤੀ ਗਈ ਜਿਸ ਦਾ ਨਤੀਜਾ ਕਿ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਪਾਰੀਮੀ ਕਾਰਨ ਟਹਿ ਟੇਰੀ ਹੋ ਗਿਆ ਹੈ ਬਰਸਾਤ ਕਾਰਨ ਗੁਰਦੁਆਰੇ ਦੇ ਟਹਿ ਜਾਣ ਤੋਂ ਬਾਅਦ ਪਿਛਲੇ ਪਾਸੇ ਦੀ ਕੰਧ ਦਾ ਕੁਝ ਹਿੱਸਾ ਹੀ ਬਚਿਆ ਹੈ ਜਦਕਿ ਗੁਰਦੁਆਰਾ ਸਾਹਿਬ ਦਾ ਗੁਬੰਦ ਅੰਦਰਲਾ ਹਿੱਸਾ ਅਤੇ ਅਗਲਾ ਹਿੱਸਾ ਪੂਰੀ ਤਰ੍ਹਾਂ ਟਹਿ ਚੁੱਕਿਆ ਹੈ